ਸਾਰਿਆਂ ਨਾਲ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਵੀਡੀਓ ਬਣਾਉਣ ਜਾ ਰਿਹਾ, ਇਸ 'ਚ ਪਹਿਲੀ ਗੱਲ ਅਸੀਂ ਆਪਣਾ ਫੇਸ ਨਹੀਂ ਵਿਖਾ ਰਹੇ, ਕਿਉਂਕਿ ਕੋਈ ਵੀਡੀਓ ਜੇ ਆਪਾਂ ਪਾਈਏ ਉਹ 'ਚ 50% ਲੋਕ ਆਪਣੀ ਹਾਮੀ 'ਚ ਹੁੰਦੇ ਆ, 50% ਆਪਣੀ ਨਾਂਹ 'ਚ ਹੁੰਦੇ ਆ, ਥੱਲੇ ਕਮੈਂਟ 'ਚ ਬੜਾ ਕੁਝ ਉਲਟ ਫੁੱਲ ਲਿਖਦੇ ਆ। ਪਰ ਜਿਹੜੀ ਮੈਂ ਅੱਜ ਵੀਡੀਓ ਪਾਉਣ ਜਾ ਰਿਹਾ, ਮੈਂ ਪਾਉਣ ਜਾ ਰਿਹਾ ਇੱਕ ਤਾਂ ਉਹਦੇ 'ਤੇ ਇਹਨਾਂ ਦਾ ਚੀਮਾ ਹਰਮਨ ਚੀਮਾ ਹੈ ਪਟਿਆਲੇ ਤੋਂ, ਹਰਮਨ ਨਹੀਂ ਹੈਰੀ ਚੀਮਾ, ਹੈਰੀ ਚੀਮਾ ਹੁਣ ਮਾਡਰਨ ਹੋ ਗਿਆ ਨਾ, ਉਹਨੂੰ ਭੈਣ ਦੇ ਯਾਰ ਸੀਰੀ ਜੇ ਨੂੰ ਕੋਈ ਪੁੱਛੇ ਵੀ ਸਾਲਿਆ ਤੇਰੇ ਘਰੇ ਕੋਈ ਰਿਸ਼ਤੇਦਾਰ ਨਹੀਂ, ਜਾਂ ਤੇਰਾ ਬੁੜਾ ਕਿੱਥੇ ਆ, ਬੁੜਾ ਤੈਨੂੰ ਕੋਈ ਦੱਸਦਾ ਹੀ ਨਹੀਂ ਕੁੜੀ ਚੋਦ ਦਿਆ, ਸ਼ੀਸ਼ੇ ਸ਼ਕਲ ਵੇਖ ਆਪਦੀ, ਪਹਿਲੋਂ ਗਾਣਾ ਗਾਉਣ ਲੱਗ ਜੂਗਾ, ਕੁੰਡੀਆਂ ਖੁੰਡੀਆਂ ਮੁੱਛਾਂ ਸਾਲਿਆ, ਤੈਨੂੰ ਕੁੰਡੀਆਂ ਮੁੱਛਾਂ ਨਹੀਂ ਕਹਿਣਾ, ਤੂੰ ਕਲਾਕਾਰ ਬਣੇਗਾ। ਦੂਜੀ ਗੱਲ, ਇੱਕ ਉਹ ਆਸਟ੍ਰੇਲੀਆ ਵਾਲਾ ਹੋ ਗਿਆ ਜੰਟਾ, ਵੀ ਤੂੰ ਇੱਥੇ ਟੈਕਸੀ ਚਲਾਉਣਾ ਆ, ਤੈਨੂੰ ਕੀ ਲੈਣਾ ਸਿੰਗਰਾਂ ਤੋਂ, ਅਤੇ ਜਿਹੜੇ ਘਰਦਿਆਂ ਤੈਨੂੰ ਤੋਰਿਆ ਇੱਥੇ, ਅਤੇ ਪੈਸੇ ਕਮਾ ਕੇ ਲਾਹ ਮਗਰ ਲੈ, ਕੰਮ ਕਰ, ਮਿਹਨਤ ਕਰ ਆਪਦੀ, ਇੱਥੇ ਕੰਮ ਕਰ, ਗੁਰਸਿੱਖਿਆ ਤੂੰ ਠੀਕ ਆ, ਬੰਦਿਆਂ ਨੇ ਕੰਮ ਕਰ, ਕੀ ਤੂੰ ਸਿੰਗਰਾਂ ਦੇ ਮਗਰ ਲੈ, ਤੇਰੇ ਕਹਿੰਦੇ ਕਿਸੇ ਨੇ ਆਉਣਾ, ਕਿਸੇ ਨੇ ਨਹੀਂ ਆਉਣਾ, ਆਹ ਮੈਲਬਰਨ 4 ਦਿਹਾੜੀਆਂ 6 ਦਿਹਾੜੀਆਂ ਲੈ ਕੇ ਡਾਲਰ ਬਰਬਾਦ ਕਰਕੇ ਤੁਰ ਪਏਗਾ ਇੱਥੋਂ। ਤੀਜੀ ਗੱਲ, ਪਹਿਲਾਂ ਜਿਹੜਾ 79 ਆਇਆ ਸੀ ਉਹਨੇ ਕੀ ਖੱਟਿਆ ਸੀ, ਜਨਤਾ ਨੇ ਹਊਆ ਬਣਾਤਾ ਉਹਦਾ, ਲਾਈਕ ਵਧਾਤਾ ਉਹਦੇ, ਜਵਾਕ ਜਿਹਦੇ ਮਨ 'ਚ ਖਰੇ ਕੀ ਸੀ ਵੀ ਮੈਂ ਖਰੇ ਕਿੰਨਾ ਕੁ ਵਧੀਆ ਗਾਉਂਦਾ, ਸਾਰਿਆਂ ਨੂੰ ਐਂ ਚੁੱਕਿਆ ਵੀ ਹਾਂ ਜੀ ਹਾਂ ਵੀ ਇਹ ਤਾਂ ਜਵਾਕ ਹੈ ਜੀ, ਮੈਂ ਕਹਿੰਦਾ ਬਾਅਦ 'ਚ ਕਹਿਣ ਲੱਗ ਪਿਆ ਮੈਂ ਤਾਂ ਤੁਹਾਡੇ ਮੂੰਹ 'ਤੇ ਹਾਸੇ ਲੈ ਕੇ ਆਉਣਾ, ਸ਼ਰਮ ਕਰੋ ਥੋੜ੍ਹੀ ਬਾਤੀ ਸਾਲੇ, ਤੇਰੇ ਤੁਹਾਨੂੰ ਮੈਂ ਤੁਹਾਨੂੰ ਪਿੱਛੋਂ ਤੁਹਾਨੂੰ ਜਾਣਦਾ ਨਹੀਂ ਪਰਿਵਾਰਾਂ ਦਾ, ਤੁਹਾਨੂੰ ਸੀਰੀ ਨਾ ਰੱਖੇ ਕੋਈ ਸੀਰੀ, ਆਹ ਜਿਹੜਾ ਚੀਮਾ ਆ ਇਹਨੂੰ ਕਹਿ ਮੂੰਹ ਵੇਖਿਆ ਉਹਦਾ, ਤੇਰੇ ਵਰਗੇ ਦੀ ਜਰਦੇ ਵਾਲੀ ਪੁੜੀ 'ਤੇ ਫੋਟੋ ਆਉਣ ਲੱਗ ਪੈਂਦੀ ਹੁੰਦੀ ਤੇਰੇ ਵਰਗੇ ਦੀ, ਸਮਝ ਗਿਆ, ਕਹਿ ਥੋੜ੍ਹੀ ਬਾਤੀ ਕਿਸੇ ਕਰਤੂਤ ਨੂੰ, ਜੇ ਕੋਈ ਘਰੇ ਨਹੀਂ ਦੱਸਣ ਵਾਲਾ ਕਿਸੇ ਬਾਹਰ ਰਿਸ਼ਤੇਦਾਰ ਨੂੰ, ਜੇ ਕੋਈ ਤੇਰਾ ਆਪਦਾ ਖਾਸ ਹੈਗਾ ਉਹਨੂੰ ਪੁੱਛ ਲਾ, ਕਾਲਾ ਤੇਰਾ ਰੰਗ ਕੁੜੀ ਚੋਦਿਆ, ਦਾੜੀ ਰੱਖੀ ਉਹਦਾ ਮੁੱਛਾਂ ਰੱਖਦਾ, ਵਾਲ ਕਟਾਏ ਐਡਾ ਤੂੰ ਸਾਲਾ ਇਬਰਾਹਿਮ ਲਿੰਕਮ ਦਾ ਮੁੰਡਾ ਸਾਲਾ ਸਪੇਰਾ ਹੀ ਲੱਗਦਾ, ਉਹ ਸ਼ਰਮ ਥੋੜ੍ਹੀ ਬਾਤੀ ਸ਼ਰਮ ਕਰ ਲਾ, ਤੈਨੂੰ ਆਪ ਤੈਨੂੰ ਸਮਝ ਨਹੀਂ ਆਉਂਦੀ ਵੀ ਤੈਨੂੰ ਕੋਈ ਕੋਈ ਗਾਉਣ ਕੀ ਦਿਆਂ, ਤੂੰ ਉਹ ਬੰਦਿਆਂ ਲਈ ਕਰਤੂਤ ਕਰ, ਤੂੰ ਉਹੋ ਜਿਹੇ ਜਿਹੜੇ ਕੱਟੜ ਫੈਨ ਪਾਉਣ ਵਾਲੇ ਤੈਨੂੰ ਤੜਾਈ ਜਾਂਦੇ ਆ ਵੀ ਹਾਂ ਅਸੀਂ ਤੇਰੇ ਕੱਟੜ ਫੈਨ ਆ, ਕੱਟੜ ਫੈਨ ਕਦੀ ਨਾ ਉਹਦੀ ਵੀਡੀਓ ਲਾ ਕੇ ਕਮਰੇ 'ਚ ਬਹਿ ਕੇ ਨਾ, ਕਮਰੇ 'ਚ ਬਹਿ ਕੇ ਇਕੱਲਾ ਹੋਰ ਨਾ ਕੋਲ ਹੋਵੇ ਤੇਰੇ ਕੋਲ, ਇਕੱਲਾ ਬਹਿ ਕੇ ਆਪਦੀ ਵੀਡੀਓ ਸੁਣੀ, ਮੱਝਾਂ ਦੁੱਧ ਦੇਣੋਂ ਹਟ ਜਾਣ ਜੇ ਤੇਰਾ ਗਾਣਾ ਲਾਇਆ ਹੋਵੇ ਕਿਤੇ, ਅਤੇ ਬੰਦਿਆਂ ਲਈ ਕਰਤੂਤ ਕਰ ਥੋੜ੍ਹੀ ਬਾਤੀ ਠੀਕ ਆ। ਅਤੇ ਦੂਜੀ ਗਰਜੰਟ ਨੂੰ ਮੇਰੀ ਬੇਨਤੀ ਆ ਵੀ ਛੱਡ ਆਪਦਾ ਕੰਮ ਕਰ, ਬੰਦਾ ਬਣ ਜਾ, ਕੋਈ ਫਾਇਦਾ ਨਹੀਂ ਇਹਨਾਂ ਗੱਲਾਂ 'ਚ, ਮੈਂ ਕਲਾਕਾਰਾਂ ਨੂੰ ਉਹ ਕਹਿਣਾ ਕੋਈ ਫਾਇਦਾ ਨਹੀਂ ਤੇਰਾ ਨਿਕਲਣਾ, ਉਹਨਾਂ ਕੋਲ ਬਹੁਤ ਪੈਸਾ, ਅਗਲੇ ਦਾ ਕੰਮ ਕਰ ਬਹੁਤ ਸੂਤਰ ਚੱਲਣ ਦਿਆ, ਤੂੰ ਜਿਹੜੇ ਕੰਮ ਆਇਆ ਆਪਦਾ ਕੰਮ ਕਰ ਠੀਕ ਆ, ਤੂੰ ਕਹਿੰਦਾ ਮੈਂ ਗੁਰਸਿੱਖ ਹੋਣ ਦੇ ਨਾਤੇ ਮੈਂ ਤੇਰੀ ਰਿਸਪੈਕਟ ਕਰਦਾ, ਮੈਂ ਨਹੀਂ ਗੱਲ ਕਹਿੰਦਾ ਤੈਨੂੰ ਠੀਕ ਆ, ਤੂੰ ਗੁਰਸਿੱਖ ਬੰਦਾ ਹੈ, ਪਰ ਗੁਰੂ ਸਾਹਿਬ ਦਾ ਵੇਲਾ ਵੀ ਸੀ, ਗੁਰੂ ਸਾਹਿਬ ਵੀ ਸੀ, ਸਾਰੇ ਸੀ, ਸਾਰਿਆਂ ਨੇ ਇੱਕ ਇੱਕ ਵਾਰੀ ਸਮਝਾਇਆ, ਗੁਰੂ ਸਾਹਿਬ ਨੇ ਕਿਸੇ 'ਤੇ ਡਾਂਗ ਨਹੀਂ ਚੁੱਕੀ ਜਾਂ ਕਿਸੇ ਨਾਲ ਲੜ ਨਹੀਂ ਤੁਰ ਪਏ ਉੱਥੇ ਵੀ ਹਾਂ ਵੀ ਤੈਨੂੰ ਮੈਂ ਕਿਹਾ ਵੀ ਹਾਂ ਪਰਮਾਤਮਾ ਸਿੱਖ ਧਰਮ ਆਏ ਕਹੀਂ, ਜਾਂ ਅਸੀਂ ਪਰਮਾਤਮਾ ਨੂੰ ਇਸ ਤਰੀਕੇ ਨਾਲ ਮੰਨਣਾ ਜਾਂ ਉਸ ਤਰੀਕੇ ਨਾਲ ਮੰਨਣਾ, ਅਤੇ ਉਹ ਗੁਰੂ ਸਾਹਿਬ ਡਾਂਗ ਲੈ ਕੇ ਮਨਾਉਣ ਗਿਆ ਸੀ ਉਹਨਾਂ ਨਾਲ ਠੀਕ ਆ, ਤੂੰ ਬਹੁਤ ਵਧੀਆ ਸ਼ਹਿਰ ਵੀ ਤੱਕ ਬਹੁਤ ਵਧੀਆ ਕਦਮ ਚੁੱਕਿਆ ਤੂੰ, ਅਸੀਂ ਤੇਰੇ ਹੱਕ 'ਚ ਹਾਂ, ਪਰ ਕੋਈ ਫਾਇਦਾ ਨਹੀਂ ਗਾ ਤੇਰਾ, ਤੂੰ ਬੇਇੱਜ਼ਤੀ ਕਰਾਉਣ ਦਿਆਂ ਸਿੱਖਾਂ, ਤੈਨੂੰ ਸਾਫ ਗੱਲ ਦੱਸਦਾ ਮੈਂ ਠੀਕ ਹੈ, ਆਪਦੇ ਨੰਬਰ ਬਣਾਉਣ ਦਾ ਮੇਰਾ, ਅਤੇ ਮੇਰਾ ਵੀਰ ਇਹਨੂੰ ਬੰਦ ਕਰ ਅਤੇ ਆਪਦੇ ਕੰਮ ਕਰ ਧਿਆਨ ਦੇ। ਅਤੇ ਚੀਮਾ ਜੀ ਤੁਹਾਨੂੰ ਤਾਂ, ਤੈਨੂੰ ਤਾਂ ਜੇ ਮੈਂ ਕਿਤੇ ਮਿਲਿਆ ਨਾ ਪਟਿਆਲੇ ਪਟਿਊਲੇ ਆਇਆ, ਤੇਰੀ ਤਾਂ ਜਗ੍ਹਾ ਬਣਾਵਾਂਗੇ, ਤੇਰੀ ਜਗ੍ਹਾ ਬਣਾ ਕੇ ਨਾ ਉੱਥੇ ਮੇਲਾ ਲੱਗਿਆ ਕਰੂਗਾ, ਮੇਲਾ ਲੱਗਿਆ ਕਰੂ, ਉੱਥੇ ਫਿਰ ਪਕੌੜਿਆਂ ਦਾ ਲੰਗਰ, ਗੋਲ ਗੱਪਿਆਂ ਦਾ ਲੰਗਰ, ਇਹ ਸਾਰੇ ਲੰਗਰ ਲੱਗਿਆ ਕਰਨਗੇ ਤੇਰੇ, ਉਹ ਧਿਆਨ ਨਾ ਮੇਰਾ ਵੀਰ, ਉਹ ਤੈਨੂੰ ਮੈਂ ਵਾਰ ਵਾਰ ਕਹਿੰਦਾ ਧਿਆਨ, ਪਿੰਡ 'ਚ ਕੋਈ ਸਿਆਣਾ ਹੋਣਾ ਉਹਨੂੰ ਹੀ ਪੁੱਛ ਲਾ ਵੀ ਬਈ ਮੈਂ ਆਹ ਪਾਈ ਆ ਇਹ ਕਿਵੇਂ ਦੀ ਆ, ਕਿਉਂ ਲੋਕਾਂ ਮਗਰ ਲੱਗਦਾ ਪਿੰਡ ਹੀ ਹੈ, ਅਤੇ ਮੇਰਾ ਵੀਰ ਸਿਆਣਾ ਬਣ ਜਾ ਆਪਦਾ, ਕਿਸੇ ਨਾਲ ਜੇ ਨਹੀਂ ਤਾਂ ਕਿਸੇ ਸਕੂਲ ਦੀ ਬੱਸ ਬੁੱਸ ਹੀ ਚਲਾਉਣ ਲੱਗ ਜਾ, ਅਤੇ ਕੰਮ ਧੰਦੇ ਦੇ ਲੱਗ, ਉਹ ਵਿਹਲਾ ਉੱਠ ਕੇ ਲੱਗ ਜਾਣਾ ਸਵੇਰੇ ਹੀ, ਰੋਟੀ ਖਾਧੀ ਆ ਮੈਂ, ਛੋਲਿਆਂ ਦੀ ਸਬਜ਼ੀ ਆ ਹੈਂ, ਮੈਂ ਕੁੰਡੀ ਮੁੱਛ ਰੱਖੀ ਉਹਨੇ ਗੁੱਤ ਫਿੱਟੇ ਮੂੰਹ ਹੀ ਤੇਰੇ, ਜੰਮਣ ਦੇ ਹੀ ਤੇਰੇ, ਕੁੜੀ ਜਿਹਾ ਵਿਦਿਆ ਫਿੱਟੇ ਮੂੰਹ ਤੇਰੇ, ਚੰਗਾ ਜੀ ਸਤਿ ਸ਼੍ਰੀ ਅਕਾਲ।